ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕੁਝ ਸਮਾਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖਤ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਪੂਰੇ ਦੇਸ਼ ਦੇ ਵਿੱਚੋਂ ਸੰਗਤਾਂ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹਾਂ ਦਾ ਨਾਰਾ ਮਾਰਦੇ ਹੋਏ ਦਸਤਖਤ ਫਾਰਮ ਭਰੇ ਗਏ ਸੀ ਜਿਨ੍ਹਾਂ ਦੀ ਕੀ ਗਿਣਤੀ 26 ਲੱਖ ਦੇ ਕਰੀਬ ਹੋ ਚੁੱਕੀ ਹੈ ਅਤੇ ਲਗਾਤਾਰ ਹੀ SGPC ਵੱਲੋਂ ਪੰਜਾਬ ਤੇ ਗਵਰਨਰ ਨੂੰ ਮਿਲ ਕੇ ਇਹ ਪਰਫਾਰਮੇ ਦੇਣ ਦਾ ਪ੍ਰੋਗਰਾਮ ਤੈਅ ਕੀਤਾ ਜਾ ਰਿਹਾ ਸੀ ਲੇਕਿਨ ਸਮਾਂ ਨਾ ਮਿਲਣ ਕਰਕੇ ਇਹ ਦਸਤਖਤ ਪਰਫਾਰਮੇ SGPC ਦੇ ਕੋਲ ਹੀ ਪਏ ਹੋਏ ਸਨ ਜਿਸ ਦੇ ਚਲਦੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ SGPC ਦਾ ਇੱਕ ਵਫਦ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ 26 ਲੱਖ ਪਰਫਾਰਮੇ ਲੈ ਕੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣ ਲਈ ਚੰਡੀਗੜ੍ਹ ਰਵਾਨਾ ਹੋ ਗਿਆ ਹੈ। ਵਾਹਿਗੁਰੂ ਜੀ ਕੀ ਫਤਿਹ। ਉਹਦੀ ਚੱਕ ਲਿਆ ਆਪਣੇ ਜਿਹੜੀ ਲੈ ਆਉਂ ਹੱਕਾਂ ਦੀ ਪ੍ਰਾਪਤੀ ਵਾਸਤੇ ਧਰਮ ਯੁੱਧ ਕਰਦਿਆਂ ਹੋਇਆਂ ਜੋ ਬੰਦੀ ਸਿੰਘ ਤਕਰੀਬਨ ਪਿਛਲੇ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ, ਬਹੁਤ ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਜੋ ਕਿ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇਸ਼ ਹੈ, ਉਹਦੇ ਵਿੱਚ ਮਨੁੱਖੀ ਅਧਿਕਾਰਾਂ ਦੀ, ਖਾਸ ਕਰਕੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਹੈ ਬਹੁਤ ਵੱਡੇ ਪੱਧਰ 'ਤੇ ਹੋ ਰਹੀ ਹੈ। ਔਰ ਜੋ ਪਿਛਲੇ ਸਮੇਂ ਸੰਗਤ ਨੇ ਆਪਣੀਆਂ ਭਾਵਨਾਵਾਂ ਲਿਖਤੀ ਰੂਪ ਵਿੱਚ ਪ੍ਰਗਟ ਕੀਤੀਆਂ ਨੇ ਕਿ 26 ਲੱਖ ਦੇ ਪ੍ਰੋਫਾਰਮੇ ਜੋ ਸੰਗਤ ਨੇ ਸਾਈਨ ਕਰਕੇ ਦਿੱਤੇ ਹੋਏ ਨੇ ਕਿ 30-30 ਸਾਲਾਂ ਤੋਂ ਬੰਦ ਜੇਲ੍ਹਾਂ ਵਿੱਚ ਬੰਦੀ ਸਿੰਘ ਨੇ, ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਔਰ ਗਵਰਨਰ ਪੰਜਾਬ ਨੇ ਸਮਾਂ ਦਿੱਤਾ ਹੈ ਕਿ ਜੋ 26 ਲੱਖ ਪ੍ਰੋਫਾਰਮੇ ਨੇ ਉਹ ਗਵਰਨਰ ਦੇ ਪਾਸ ਭੇਜੇ ਜਾਣ। ਔਰ ਪਿਛਲੇ ਲੰਬੇ ਸਮੇਂ ਤੋਂ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਜੋ ਕਿ ਤਕਰੀਬਨ 17 ਸਾਲ ਤੋਂ ਫਾਂਸੀ ਦੀ ਚੱਕੀ ਵਿੱਚ ਬੰਦ ਹੈ, 8x8 ਫੁੱਟ ਦੀ ਉਹ ਚੱਕੀ ਹੈ, ਔਰ ਪਿਛਲੇ 11 ਸਾਲ ਤੋਂ ਉਹਨਾਂ ਦੇ ਫੈਸਲੇ ਦੀ ਜਿਹੜੀ ਪਟੀਸ਼ਨ ਹੈ ਉਹ ਵੀ ਕੇਂਦਰ ਸਰਕਾਰ ਦੇ ਕੋਲ ਪੈਂਡਿੰਗ ਪਈ ਹੋਈ ਹੈ, ਉਹਦਾ ਫੈਸਲਾ ਨਾ ਕੀਤਾ ਜਾਣਾ, ਜਦਕਿ ਰਾਜੀਵ ਗਾਂਧੀ ਦੇ ਕਾਤਲ ਛੁੱਟ ਚੁੱਕੇ ਨੇ, ਬਿਲਕਿਸ ਬਾਨੋ ਦੇ ਪਰਿਵਾਰ ਦੀ ਹੱਤਿਆ ਕਰਨ ਵਾਲੇ ਛੁੱਟ ਚੁੱਕੇ ਨੇ, ਪਰ ਇਹ ਬੰਦੀ ਸਿੰਘ ਜਿਨ੍ਹਾਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਧਰਮ ਯੁੱਧ ਕਰਦਿਆਂ ਹੋਇਆਂ ਜੋ ਜੇਲ੍ਹਾਂ ਦੇ ਵਿੱਚ ਗਏ ਨੇ, ਉਹਨਾਂ ਦੀ ਬੰਦ ਖਲਾਸੀ ਨਾ ਕਰਨਾ ਇਹ ਭਾਰਤ ਸਰਕਾਰ ਦੇ ਮੱਥੇ 'ਤੇ, ਲੋਕਤੰਤਰ ਦੇ ਉੱਤੇ ਬਹੁਤ ਵੱਡਾ ਇੱਕ ਕਲੰਕ ਹੈ। ਔਰ ਅੱਜ ਗਵਰਨਰ ਪੰਜਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਾਮ ਦਾ ਸਮਾਂ ਦਿੱਤਾ, ਔਰ ਮਾਣਯੋਗ ਪ੍ਰਧਾਨ ਸਾਹਿਬ ਅਹੁਦੇਦਾਰ ਸਾਹਿਬਾਨ ਅੱਜ ਇੱਕ ਵਫਦ ਲੈ ਕੇ 26 ਲੱਖ ਪ੍ਰੋਫਾਰਮੇ ਲੈ ਕੇ ਗਵਰਨਰ ਪੰਜਾਬ ਨੂੰ ਸੌਂਪਣ ਵਾਸਤੇ ਜਾ ਰਹੇ ਨੇ। ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨਾਂ ਦੇ ਵਿੱਚ, ਬੰਦੀ ਛੋੜ ਦਾਤੇ ਦੇ ਚਰਨਾਂ ਵਿੱਚ ਹੀ ਅਰਦਾਸ ਕੀਤੀ ਗਈ ਹੈ ਕਿ ਸਤਿਗੁਰੂ ਜੀ ਉਹਨਾਂ ਮਹਾਨ ਯੋਧਿਆਂ ਦੀ, ਬੰਦੀ ਸਿੰਘਾਂ ਦੀ ਕਿਰਪਾ ਕਰਕੇ ਬੰਦ ਖਲਾਸੀ ਕਰਵਾਓ ਤਾਂ ਕਿ ਉਹ ਪੰਥ ਵਿੱਚ ਵਿਚਰ ਕੇ ਪਰਿਵਾਰ ਵਿੱਚ ਰਹਿ ਕੇ ਆਪਣੇ ਜਿਹੜਾ ਬਚਿਆ ਹੋਇਆ ਜੀਵਨ ਹੈ ਉਹ ਸੁੱਖ ਸ਼ਾਂਤੀ ਨਾਲ ਚੜ੍ਹਦੀ ਕਲਾ ਦੇ ਨਾਲ ਬਤੀਤ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖਿਰਕਾਰ ਅੱਜ ਸਮਾਂ ਦਿੱਤਾ ਗਿਆ ਜੀ ਰਾਜਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਲੰਬੇ ਅਰਸੇ ਤੋਂ ਸਾਡੇ ਬਹੁਤ ਸਾਰੇ ਜਿਹੜੇ ਜੁਝਾਰੂ ਵੀਰ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ, ਜਿਨ੍ਹਾਂ ਦੀ ਸਜ਼ਾ ਵੀ ਲਗਭਗ 1 ਨਹੀਂ 2-2 ਗੁਣਾ ਹੋ ਚੁੱਕੀ ਆ। ਜੇ 20 ਸਾਲ ਕੱਟਣੇ ਹੁੰਦੇ 33-33 34-34 ਸਾਲ ਹੋ ਗਏ ਆ। ਉਹਨਾਂ ਸਾਰਿਆਂ ਦੀ ਸਮੁੱਚਿਆਂ ਦੀ ਰਿਹਾਈ ਲਈ ਅਤੇ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਜਿਨ੍ਹਾਂ ਦੀ ਇਹਨਾਂ ਨੇ ਡੈਥ ਸੈਂਟੈਂਸ ਨੂੰ ਲਾਈਫ ਇੰਪ੍ਰਿਜਨਮੈਂਟ ਵਿੱਚ ਕਰਨ ਦਾ ਨੋਟੀਫਿਕੇਸ਼ਨ ਵੀ ਕੀਤਾ ਜਾ ਚੁੱਕਾ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਪ੍ਰਕਾਸ਼ ਉਤਸਵ ਦੇ ਉੱਤੇ ਪ੍ਰਾਈਮ ਮਿਨਿਸਟਰ ਸਾਹਿਬ, ਓਨਰੇਬਲ ਹੋਮ ਮਿਨਿਸਟਰ ਸਾਹਿਬ ਉਹਨਾਂ ਨੇ ਇਹ ਐਲਾਨ ਵੀ ਕੀਤਾ ਸੀ। ਅਤੇ ਇੱਕ ਸਾਡੀ ਪਟੀਸ਼ਨ ਵੀ ਸੁਪਰੀਮ ਕੋਰਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕਿਉਂਕਿ ਅਸੀਂ ਮਰਸੀ ਪਟੀਸ਼ਨ ਪ੍ਰੈਜ਼ੀਡੈਂਟ ਕੋ ਪਾਈ ਸੀ, ਉਹ ਸੁਪਰੀਮ ਕੋਰਟ ਦੇ ਵਿੱਚ ਡਿਸਪੋਜ਼ ਆਫ ਵੀ ਹੋ ਚੁੱਕੀ ਆ। ਅਤੇ ਉਹਨਾਂ ਨੇ ਸੁਪਰੀਮ ਕੋਰਟ, ਆਨਰੇਬਲ ਸੁਪਰੀਮ ਕੋਰਟ ਨੇ ਹੁਕਮ ਕੀਤਾ ਸੀ ਕਿ ਸਰਕਾਰ ਆਪਣੇ ਤੌਰ 'ਤੇ ਇਹਦੇ 'ਤੇ ਫੈਸਲਾ ਲੈ ਲਵੇ। ਅਤੇ ਹੁਣ ਸਾਲ ਉਹਨੂੰ ਵੀ ਹੋ ਚੱਲਾ, ਉਹਦੇ 'ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਭਾਈ ਬਲਵੰਤ ਸਿੰਘ ਰਾਜੋਵਾਣਾ ਉਹਨਾਂ ਨੇ 2 ਚਿੱਠੀਆਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀਆਂ। ਅਸੀਂ ਪਹਿਲਾਂ ਵੀ ਯਤਨ ਕਰਦੇ ਰਹੇ ਹਾਂ ਅਤੇ ਹੁਣ ਵੀ ਯਤਨਾਂ 'ਚ ਹਾਂ ਕਿ ਉਹਨਾਂ ਦੀ ਜਿਹੜੀ ਡੈਥ ਸੈਂਟੈਂਸ ਆ ਉਹਨੂੰ ਲਾਈਫ ਇੰਪ੍ਰਿਜਨਮੈਂਟ ਜੋ ਸਰਕਾਰ ਨੇ ਵਾਅਦਾ ਕੀਤਾ ਸੀ ਉਹਨੂੰ ਤੁਰੰਤ ਡਿਸਪੋਜ਼ ਆਫ ਕਰੇ। ਹੋਰ ਵੀ ਬਹੁਤ ਸਾਰੇ ਮੁੱਦੇ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਉਹ ਗਵਰਨਰ ਸਾਹਿਬ ਨਾਲ ਅਸੀਂ ਬੈਠ ਕੇ ਡਿਸਕਸ ਕਰਨੇ ਆ। ਸੋ ਅੱਜ
असी यह पैन ड्राइव के सारे पा लए आ संबोलिक तौर पर परफॉर्मे जोड़े आ उन्होंने किड़े किड़े गुरद्वारा साहबान चो किन्ने किन्ने लख भरिया गया वो उन्होंने पैन ड्राइव जी उन्होंने सपोर्ट कर देंगे। सो मैं सिख पंथ को भी बेनती करदा सब तो बड़ी सिख को अरदास होंदी आ गुरद्वारियां दे विच जिन्ने भी चाहे पिंडां च चाहे शहरां दे गुरु चरणां च अरदास भी करिए कि आपां घरां च बैठे हाँ राजोवाणा साहब 17 साल तो 8x8 की कोठली दे विच बैठे जिहड़ी फांसी चक्कियां होंदियां ते उन्हां वल्लों भी ये आदेश जारी उन्होंने अपने श्री अकाल तख्त साहब नूं चिट्ठी लिख के भेजी सी। सो असीं पहलां भी यतन कर रहे ते हुण भी असीं समुचे तौर पर उन्हां यतनां लई यतनशील हाँ। सो अज गवर्नर साहब नाल बैठ के जाके सारिया विचारां करांगे। देश दे गृह मंत्री तों वी समां लिया जाऊगा असीं डेपूटेशन अपना जिहड़ा साडा सकत्तर आ इत्थों क्योंकि उन्होंने सकत्तरां नाल साडी गल चलती रहिंदी पर टाइम अल्टीमेटली मिलदा नहीं हुण असीं जाती तौर पर इत्थों अपने भेजांगे उह सकत्तर उत्थे जा के उन्हां दे नाल सकत्तरां दे गल करके टाइम लैणगे ते उन्हां दे भी असीं इह जाके जिन्ने 26 लाख सिग्नेचर आ ये भी उन्होंने भी जाके ध्यान दे सपुरद उन्होंने भी करांगे तां कि ये समुचे तौर पर कौमी मुद्दा आ सिख पंथ का ये कौमी मुद्दा जिहड़ा है छेती तो छेती जिहड़ा हल किया जा सके। एक साडा तकरीबन सारे जिहड़े परफॉर्मे आ वह 26 लाख के 26 लाख अंब साहब गुरद्वारे मोहाली साढ़े उत्थे हो पे असीं भेज दिते सी रात ही तो क्योंकि गड्डियां फिर ट्रक हौली चलता है वो सारे 26 दे 26 उत्थे पहुँच गए सारे सारे। देखो आस नाल ही बंदा जींदा क्योंकि डेमोक्रेसी आ श्रोमणी गुरद्वारा प्रबंधक कमेटी सिख पंथ की नुमाइंदा जथेबंदी आ ते अपने फर्जा लिए हमेशा ही तत्पर रही आ हुण भी तत्पर आ क्योंकि जिहड़े मौके दे साडे सरकारां आ इहनी हुण सोचणा आ कि आपां किसी का बाहर का दरवाज़ा खड़काउणा नहीं इस मुल्क का दरवाज़ा खड़काउणा राष्ट्रपति साहब का उन्हां दे मैनू चेता 12 दे विच जदों इन्हां दी सज़ा जिहड़ी आ इहनूं आपां कम्यूट करन लई लाइफ इमरिजनमेंट लई मरसी पटीशन पाई सी वह भी पेंडिंग आ वह हुण पेंडिंग होने के बावजूद ये सरकार का भी फर्ज बनता कि सिखां ना इन्ना वितकरा ना करे कि दो दो गुणा सज़ा हो कट चुके तो फिर भी आपां हाले फिर अवेसले होकर बैठे जी। देश का सब तो दुनिया सब तो लोकतंत्र आखिर दुनिया को सुनेहा की दे रहा है इस मानसिकता। देखो ये तो हुण इन्होंने देखना क्योंकि जे सिखां की गल कर लवां इस भारत वर्ष की आज़ादी लई जिन्हें भी अज तक टिल टूड़े भी तुसीं देखदे आ बहुत सारिया जिहड़ियां वो लाशां बार्डर तो आउंदियां ते जे सिख अपनी वफादारी निभाउंदे ते लोक जिहड़े शासक आ इस धरती दे इस अपने भारत वर्ष उन्होंने भी निभाउणी चाहीदी आ। मानयोग प्रधान साहब श्रोमणी गुरुद्वारा प्रबंधक कमेटी जहेदर श्री अकाल तख्त साहब के सुहिरद यतना सदका जिहड़े बंदी सिखां की रिहाई वास्ते दस्तखत करवा के वो फार्म इतों अकाल तख्त साहब तो अरदास करके तोरे जा रहे हैं तो समुचे सरकार नूं यह अपील आ कि सिखां दे नाल इंसाफ किया जाए उन्हां दे नाल बेइंसाफी जिहड़ी बार बार उन्होंने दोहराया जाता कि तुसीं गुलाम है इस गल दे सिट्टे जिहड़े आ बाद विच गंभीर निकलदे आ ते फिर पछतावा हुंदा है क्योंकि सिख कौम जिहड़ी है ये गुरु नानक साहब की कृपा सदका किरत करो नाम जपो तो वंड छको दे उपदेश से चलती है पर जे कोई दबाना चाहे तो दबी नहीं रह सकती इस करके सिखां दे नाल भी उही इंसाफ किया जाए जिहड़ा हिंदुआं दे नाल जिहड़ा होर लोकां दे नाल किया जाता है भाव समुचियां घट गिणतियां दे नाल समुचे देश दे लोकां दे नाल इको जिहा इंसाफ किया जाए तो बंदी सिखां नूं तुरंत रिहा किया जाए। वाहिगुरू जी का खालसा वाहिगुरू जी की फतेह।